ਦਿੱਲੀ ਏਅਰਪੋਰਟ ਤੇ ਵੀ ਇੱਕ ਜਗ੍ਹਾ ਰੈਂਟ ਤੇ ਲਈ ਹੈ ਟਰਮੀਨਲ 3 ਤੇ ਪੰਜਾਬ ਹੈਲਪ ਸੈਂਟਰ, ਉੱਥੇ ਅਫਸਰ ਬਿਠਾਵਾਂਗੇ, ਦੋ ਅਫਸਰ ਬਹਿ ਜਾਣਗੇ, ਕੰਪਿਊਟਰ ਉਹਨਾਂ ਦੇ ਕੋਲ ਹੋਣਗੇ, ਬਕਾਇਦਾ ਤੌਰ ਤੇ ਇੱਕ ਵਿੰਡੋ ਬਾਹਰਲੇ ਪਾਸੇ ਵੀ ਖੁੱਲੂਗੀ ਜਿੱਧਰ ਲੋਕ ਰਿਸੀਵ ਕਰਨ ਜਾਂਦੇ ਆ, ਇੱਕ ਅੰਦਰਲੇ ਪਾਸੇ ਵੀ ਹੋਊਗੀ, ਕਿਸੇ ਦਾ ਸਮਾਨ ਨਹੀਂ ਆਇਆ ਜਾਂ ਕਿਸੇ ਦੀ ਫਲਾਈਟ ਮਿਸ ਹੋ ਗਈ, ਕੋਈ ਬਜ਼ੁਰਗਾਂ ਨੂੰ ਹੋਟਲ ਨਹੀਂ ਜਾਣਾ ਆਉਂਦਾ, ਜੋ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਪੰਜਾਬੀਆਂ ਨੂੰ ਆਵੇ ਉੱਥੇ ਉਸ ਨੰਬਰ ਤੇ, ਆਉਣ ਵਾਲੇ 10 ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਨੰਬਰ ਜਾਰੀ ਕਰਾਂਗੇ, ਪੰਜਾਬ ਹੈਲਪ ਸੈਂਟਰ ਖੋਲਾਂਗੇ ਤਾਂ ਕਿ ਉੱਥੇ ਕੋਈ ਖੱਜਲ ਖੁਆਰੀ ਨਾ ਹੋਵੇ, ਕਿਸੇ ਦੀ ਕੋਈ ਫਲਾਈਟ ਮਿਸ ਹੋ ਗਈ, ਰਹਿਣਾ ਪੈ ਜਾ ਤਾਂ ਉਹਨਾਂ ਕੋਲ ਗੱਡੀਆਂ ਹੋਣਗੀਆਂ ਪੰਜਾਬ ਸਰਕਾਰ ਦੀਆਂ, ਉਹ ਪੰਜਾਬ ਭਵਨ 'ਚ ਲੈ ਕੇ ਜਾਣਗੇ ਜਾਂ ਉਹਨਾਂ ਨੂੰ ਬਣਦਾ ਜਿੱਥੇ ਵੀ ਉਹਨਾਂ ਦਾ ਟਿਕਟ ਟੁਕਟ ਦਾ ਕਰਾਉਣਾ ਉਹ ਕਰਾ ਕੇ ਸਪੈਸ਼ਲਿਸਟ ਦੇਵਾਂਗੇ ਅਸੀਂ ਇੱਥੋਂ। 10 ਮੁੰਡੇ ਭਰਤੀ ਕਰਨੇ ਨੇ ਪੰਜਾਬੀ, ਉੱਥੇ ਦਿੱਲੀ ਦੇ ਪੰਜਾਬੀ ਬੋਲਦੇ ਹੋਣ ਤਾਂ ਕਿ ਉਹਨਾਂ ਨੂੰ ਡੀਲਿੰਗ 'ਚ ਕੋਈ ਪ੍ਰੋਬਲਮ ਨਾ ਆਵੇ। ਦਿੱਲੀ ਏਅਰਪੋਰਟ 'ਤੇ ਵੀ ਇੱਕ ਜਗ੍ਹਾ ਰੈਂਟ 'ਤੇ ਲਈ ਹੈ ਟਰਮੀਨਲ 3 'ਤੇ ਪੰਜਾਬ ਹੈਲਪ ਸੈਂਟਰ, ਉੱਥੇ ਅਫਸਰ ਬਿਠਾਵਾਂਗੇ, ਦੋ ਅਫਸਰ ਬਹਿ ਜਾਣਗੇ, ਕੰਪਿਊਟਰ ਉਹਨਾਂ ਦੇ ਕੋਲ ਹੋਣਗੇ, ਬਕਾਇਦਾ ਤੌਰ 'ਤੇ ਇੱਕ ਵਿੰਡੋ ਬਾਹਰਲੇ ਪਾਸੇ ਵੀ ਖੁੱਲੂਗੀ ਜਿੱਧਰ ਲੋਕ ਰਿਸੀਵ ਕਰਨ ਜਾਂਦੇ ਆ, ਇੱਕ ਅੰਦਰਲੇ ਪਾਸੇ ਵੀ ਹੋਊਗੀ, ਕਿਸੇ ਦਾ ਸਮਾਨ ਨਹੀਂ ਆਇਆ ਜਾਂ ਕਿਸੇ ਦੀ ਫਲਾਈਟ ਮਿਸ ਹੋ ਗਈ, ਕੋਈ ਬਜ਼ੁਰਗਾਂ ਨੂੰ ਹੋਟਲ ਨਹੀਂ ਜਾਣਾ ਆਉਂਦਾ, ਜੋ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਪੰਜਾਬੀਆਂ ਨੂੰ ਆਵੇ ਉੱਥੇ ਉਸ ਨੰਬਰ 'ਤੇ, ਆਉਣ ਵਾਲੇ 10 ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਨੰਬਰ ਜਾਰੀ ਕਰਾਂਗੇ, ਪੰਜਾਬ ਹੈਲਪ ਸੈਂਟਰ ਖੋਲਾਂਗੇ ਤਾਂ ਕਿ ਉੱਥੇ ਕੋਈ ਖੱਜਲ ਖੁਆਰੀ ਨਾ ਹੋਵੇ, ਕਿਸੇ ਦੀ ਕੋਈ ਫਲਾਈਟ ਮਿਸ ਹੋ ਗਈ, ਰਹਿਣਾ ਪੈ ਜਾ ਤਾਂ ਉਹਨਾਂ ਕੋਲ ਗੱਡੀਆਂ ਹੋਣਗੀਆਂ ਪੰਜਾਬ ਸਰਕਾਰ ਦੀਆਂ, ਉਹ ਪੰਜਾਬ ਭਵਨ 'ਚ ਲੈ ਕੇ ਜਾਣਗੇ ਜਾਂ ਉਹਨਾਂ ਨੂੰ ਬਣਦਾ ਜਿੱਥੇ ਵੀ ਉਹਨਾਂ ਦਾ ਟਿਕਟ ਟੁਕਟ ਦਾ ਕਰਾਉਣਾ ਉਹ ਕਰਾ ਕੇ ਸਪੈਸ਼ਲਿਸਟ ਦੇਵਾਂਗੇ ਅਸੀਂ ਇੱਥੋਂ। 10 ਮੁੰਡੇ ਭਰਤੀ ਕਰਨੇ ਨੇ ਪੰਜਾਬੀ, ਉੱਥੇ ਦਿੱਲੀ ਦੇ ਪੰਜਾਬੀ ਬੋਲਦੇ ਹੋਣ ਤਾਂ ਕਿ ਉਹਨਾਂ ਨੂੰ ਡੀਲਿੰਗ 'ਚ ਕੋਈ ਪ੍ਰੋਬਲਮ ਨਾ ਆਵੇ। ਦਿੱਲੀ ਏਅਰਪੋਰਟ 'ਤੇ ਵੀ ਇੱਕ ਜਗ੍ਹਾ ਰੈਂਟ 'ਤੇ ਲਈ ਹੈ ਟਰਮੀਨਲ 3 'ਤੇ ਪੰਜਾਬ ਹੈਲਪ ਸੈਂਟਰ, ਉੱਥੇ ਅਫਸਰ ਬਿਠਾਵਾਂਗੇ, ਦੋ ਅਫਸਰ ਬਹਿ ਜਾਣਗੇ, ਕੰਪਿਊਟਰ ਉਹਨਾਂ ਦੇ ਕੋਲ ਹੋਣਗੇ, ਬਕਾਇਦਾ ਤੌਰ 'ਤੇ ਇੱਕ ਵਿੰਡੋ ਬਾਹਰਲੇ ਪਾਸੇ ਵੀ ਖੁੱਲੂਗੀ ਜਿੱਧਰ ਲੋਕ ਰਿਸੀਵ ਕਰਨ ਜਾਂਦੇ ਆ, ਇੱਕ ਅੰਦਰਲੇ ਪਾਸੇ ਵੀ ਹੋਊਗੀ, ਕਿਸੇ ਦਾ ਸਮਾਨ ਨਹੀਂ ਆਇਆ ਜਾਂ ਕਿਸੇ ਦੀ ਫਲਾਈਟ ਮਿਸ ਹੋ ਗਈ, ਕੋਈ ਬਜ਼ੁਰਗਾਂ ਨੂੰ ਹੋਟਲ ਨਹੀਂ ਜਾਣਾ ਆਉਂਦਾ, ਜੋ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਪੰਜਾਬੀਆਂ ਨੂੰ ਆਵੇ ਉੱਥੇ ਉਸ ਨੰਬਰ 'ਤੇ, ਆਉਣ ਵਾਲੇ 10 ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਨੰਬਰ ਜਾਰੀ ਕਰਾਂਗੇ, ਪੰਜਾਬ ਹੈਲਪ ਸੈਂਟਰ ਖੋਲਾਂਗੇ ਤਾਂ ਕਿ ਉੱਥੇ ਕੋਈ ਖੱਜਲ ਖੁਆਰੀ ਨਾ ਹੋਵੇ, ਕਿਸੇ ਦੀ ਕੋਈ ਫਲਾਈਟ ਮਿਸ ਹੋ ਗਈ, ਰਹਿਣਾ ਪੈ ਜਾ ਤਾਂ ਉਹਨਾਂ ਕੋਲ ਗੱਡੀਆਂ ਹੋਣਗੀਆਂ ਪੰਜਾਬ ਸਰਕਾਰ ਦੀਆਂ, ਉਹ ਪੰਜਾਬ ਭਵਨ 'ਚ ਲੈ ਕੇ ਜਾਣਗੇ ਜਾਂ ਉਹਨਾਂ ਨੂੰ ਬਣਦਾ ਜਿੱਥੇ ਵੀ ਉਹਨਾਂ ਦਾ ਟਿਕਟ ਟੁਕਟ ਦਾ ਕਰਾਉਣਾ ਉਹ ਕਰਾ ਕੇ ਸਪੈਸ਼ਲਿਸਟ ਦੇਵਾਂਗੇ ਅਸੀਂ ਇੱਥੋਂ। 10 ਮੁੰਡੇ ਭਰਤੀ ਕਰਨੇ ਨੇ ਪੰਜਾਬੀ, ਉੱਥੇ ਦਿੱਲੀ ਦੇ ਪੰਜਾਬੀ ਬੋਲਦੇ ਹੋਣ ਤਾਂ ਕਿ ਉਹਨਾਂ ਨੂੰ ਡੀਲਿੰਗ 'ਚ ਕੋਈ ਪ੍ਰੋਬਲਮ ਨਾ ਆਵੇ।